ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਜੀ। ਹਾਂਜੀ ਜੀ, ਕਿੱਦਾਂ ਜੀ, ਸਭ ਠੀਕ ਹੋ? ਹਾਂਜੀ ਜੀ, ਸਾਰੀ ਸਬਜ਼ੀ ਤਿਆਰ ਹੈ ਜੀ, ਆਪਾਂ ਕੱਟ ਲਈ ਆ। ਆਲੂ, ਕੱਦੂ, ਪਿਆਜ਼, ਧਨੀਆ, ਲਸਣ ਸਭ ਕੁਛ ਮੌਜੂਦ ਹੈਗਾ, ਦਿਖਾਓ ਜ਼ਰਾ। ਅਤੇ ਹੁਣ ਆਪਣੇ ਕੋਲ ਮਿਰਚਾਂ ਨਹੀਂ ਹੈਗੀਆਂ ਸਬਜ਼, ਹੁਣ ਆਪਣੇ ਇੱਥੇ ਮੌਜੂਦ ਹੈਗੀਆਂ ਮਾਸ਼ਾਅੱਲਾ ਜੀ, ਸਬਜ਼ੀ ਮਿਰਚਾਂ ਉੱਗੀਆਂ ਹੋਈਆਂ। ਆਓ ਅਸੀਂ ਇੱਥੇ ਤੋੜ ਦੇ। ਆ ਜੀ, ਆਪਣੇ ਸਬਜ਼ੀ ਮਿਰਚਾਂ ਬਹੁਤ ਪਿਆਰੀਆਂ ਪਿਆਰੀਆਂ। ਸਾਰੇ ਬੂਟਿਆਂ ਨੂੰ ਲੱਗੀਆਂ ਹੋਈਆਂ ਆ ਜੀ। ਨਿੱਕੇ ਨਿੱਕੇ ਟਮਾਟਰ ਵੀ ਲੱਗੇ ਹੋਏ ਆ, ਪਰ ਇਹ ਹਾਲੇ ਲਾਲ ਨਹੀਂ ਹੋਏ ਹੈਗੇ, ਥੋੜ੍ਹੇ ਵੱਡੇ ਹੋਣਗੇ ਨਾ ਫਿਰ ਲਾਲ ਹੋ ਜਾਣਗੇ। ਆ ਜੀ, ਇੱਧਰ ਵੀ ਸਬਜ਼ੀ ਮਿਰਚਾਂ ਬਹੁਤ ਸੋਹਣੀਆਂ ਸੋਹਣੀਆਂ ਲੱਗੀਆਂ ਹੋਈਆਂ। ਹੋ ਗਈ ਆ, ਦੇਖ ਲਓ ਜੀ ਕਿੱਡੀਆਂ ਸੋਹਣੀਆਂ ਸੋਹਣੀਆਂ ਸਬਜ਼ੀ ਮਿਰਚਾਂ। ਹਾਲੇ ਨਿੱਕੀਆਂ ਨਿੱਕੀਆਂ ਵੀ ਲੱਗੀ ਜਾਂਦੀਆਂ ਨਾਲ, ਹਾਲੇ ਵੱਡੀਆਂ ਵੱਡੀਆਂ ਵੀ ਆ, ਸਾਰੇ ਵਧੀਆ ਲੱਗੀਆਂ। ਮਾਸ਼ਾਅੱਲਾ, ਮਾਣੋ ਬਿੱਲੀ ਫੜ ਲਿਆ ਤੈਨੂੰ। ਆ ਜੀ, ਬਹੁਤ ਸਾਰੀਆਂ ਹੋ ਗਈਆਂ ਸਬਜ਼ੀ ਮਿਰਚਾਂ ਦਿਖਾਈ, ਹੁਣ ਇਹਦਾ ਦੇਖਦੇ ਹਾਂ ਕਿਵੇਂ ਦੀਆਂ ਵਾ। ਹਾਂਜੀ ਜੀ, ਅੱਜ ਬਾਹਰ ਲਈ ਆ, ਸਬਜ਼ੀ ਸਾਰੀ ਤਿਆਰ ਆ ਜੀ। ਹੁਣ ਆਪਾਂ ਬਣਾਵਾਂਗੇ ਰੈਸਪੀ ਖਾਂਦੀ ਅੱਜ ਦੀ, ਕਰਦੇ ਹਾਂ ਜੀ। ਲੱਕੜੀਆਂ ਦਾ ਇੰਤਜ਼ਾਮ ਵੀ ਹੈਗਾ, ਅਤੇ ਸੋਇਆ ਗਵਾ ਜਿਹੜੇ ਆ ਨਾ, ਸਰਸੋਂ ਦੇ ਡੰਡਲ ਜਿਹੇ ਬਾਲਦੇ ਹਾਂ, ਅਤੇ ਗੋਬਰ ਵਗੈਰਾ ਵਾ, ਸੋਇਆ ਤੋਂ ਧੂੰਆਂ ਹੋ ਜਾਂਦਾ, ਬਾਹਰ ਵੀ ਧੂੰਆਂ ਹੀ ਧੂੰਆਂ ਹੋਇਆ ਹੋਇਆ ਜੀ, ਖਾਓ ਅਗਰ ਗਿਰ ਨਾ ਵਾਲੇ, ਇਹੀ ਜਿਸ ਦਾ ਮਾਹੌਲ ਹੁੰਦਾ ਵਾ। ਬਾਹਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ, ਬਾਹਰ ਆਪਾਂ ਹਾਂਡੀ ਬਣਾ ਨਹੀਂ ਸਕਦੇ, ਅੱਗ ਨਹੀਂ ਬਲਣੀ ਹੈਗੀ, ਬਾਹਰ ਦਾ ਦਿਖਾਈਏ ਸਾਰਾ ਮਾਹੌਲ, ਹਵਾ ਕਿੰਨੀ ਜ਼ਿਆਦਾ ਤੇਜ਼ ਚੱਲ ਰਹੀ ਆ। ਹਾਂਜੀ ਜੀ, ਪਿਆਜ਼ ਆਪਣਾ ਫਰਾਈ ਹੋ ਰਿਹਾ, ਲਸਣ ਕੁੱਟ ਲਿਆ ਦਿਖਾਈਏ, ਲਸਣ ਕੁੱਟ ਲਿਆ। ਹਾਂਜੀ, ਟਮਾਟਰ ਕੱਟ ਲਾ ਜੀ, ਅੱਛੀ
ਹਾਂਜੀ ਜੀ, ਪਿਆਜ਼ ਹਲਕਾ ਜਿਹਾ ਬਰਾਊਨ ਹੋ ਗਿਆ। ਹੁਣ ਜੀ ਟਮਾਟਰ, ਮਿਰਚਾਂ, ਲਸਣ, ਨਮਕ, ਮਿਰਚ, ਹਲਦੀ ਸਾਰਾ ਕੁਛ ਪਾ ਲਾਂਗੇ। ਆਲੂ ਕੱਦੂ ਪਾ ਦਾਂਗੇ, ਇਹਨੂੰ ਇੱਕ ਦਫ਼ਾ ਬਾਹਰ ਰੱਖ ਦੇਈਏ।
ਨੀਚੇ ਸਾਈਡਾਂ ਹੀ ਕੱਟਣੀਆਂ। ਜੀ ਹਾਂਜੀ ਆਪਣੀ ਤਿਆਰ ਹੈ ਜੀ, ਹਾਂਜੀ ਦਿਖਾ ਦਿਓ ਜ਼ਰਾ ਮਾਸ਼ਾਅੱਲਾ ਜੀ, ਜਿਹੜੀ ਜਸ ਮਜ਼ੇਦਾਰ ਹਾਂਡੀ ਬਣਦੀ ਹੈ ਨਾ, ਇੱਦਾਂ ਬਣਦੀ ਹੈ, ਸਾਨੂੰ ਤਾਂ ਇੱਦਾਂ ਪਸੰਦ ਹੈ। ਹਾਂਜੀ ਜੀ ਆ ਜੀ ਸਬਜ਼ ਧਨੀਆ, ਜ਼ੀਰਾ ਅਤੇ ਸੁੱਕਾ ਧਨੀਆ, ਇਹਨੂੰ ਅਸੀਂ ਪੀਸ ਲਿਆ ਵਾ, ਹੁਣ ਜੀ ਹਾਂਡੀ ਵਿੱਚ ਪਾ ਲਾਂਗੇ। ਹਾਂਜੀ ਜੀ ਹੁਣ ਰੋਟੀਆਂ ਤੇ ਮੈਂ ਨਹੀਂ ਬਣਾਊਂਗੀ, ਮੰਮਾ ਜਾਨੀ ਬਣਾਊਂਗੀ, ਮੰਮਾ ਜੀ ਆਏ ਫਿਰ ਆਪਾਂ ਰੋਟੀਆਂ ਬਣਾਉਂਦੇ ਹਾਂ। ਹਾਂਜੀ ਜੀ ਮੰਮਾ ਜਾਨੀ ਰੋਟੀਆਂ ਬਣਾਉਣ ਲੱਗ ਪਏ ਆ ਜੀ, ਸਾਰਿਆਂ ਨੂੰ ਆਪਣਾ ਬਿਲਕੁਲ ਤਿਆਰ ਆ, ਸਾਰੇ ਪਾ ਲਾਂਗੇ। ਸਾਰਿਆਂ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਕਿਉਂਕਿ ਸੁਬਹ ਸੁਬਹ ਦੀ ਰੋਟੀ ਖਾਧੀ ਹੋਈ ਆ, ਹੁਣ ਸ਼ਾਮਾਂ ਬਹਿਣ ਦੇ ਹੀ ਨਾ, ਮਤਲਬ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ।
ਹੈ।